आशा वर्कर अधिकारियों के साथ साथ सरकार के भी आंखों में डाल रही थी धूल। अधिकारियों और सरकार ने भी आंख बंद कर आशा वर्कर को दे दी नौकरी। जिला फिरोजपुर से एक ऐसा मामला सामने आया है जिसने सरकारी अधिकारियों के साथ साथ सरकार पर भी सवालिया निशान खड़े कर दिए हैं। मामला है जिला फिरोजपुर के गांव लंगियाना का, जहां से एक आशा वर्कर जाली दस्तावेज के द्वारा सरकार की आंखों में धूल डाल रही थी। इससे भी हैरानी वाली बात यह है कि नौकरी देने वाले अधिकारियों ने बिना कुछ चेक किए आंखें बंद कर महिला को आशा वर्कर की नौकरी दे दी। यह दोष लगाए हैं गाँव वासियों ने। मामला है जिला फिरोजपुर के गाँव लंगियाना का, जहाँ की रहने वाली परमजीत कौर नामक औरत गांव में आशा वर्कर का काम करती है, जिस पर गांव वासियों की तरफ से यह दोष लगाए जा रहे हैं कि सरकारी सहूलियतों का लाभ उठाने के लिए जब वह कोई फॉर्म भरने के लिए आशा वर्कर के पास जाते हैं तो उनके पास से मोटी रकम वसूली जा रही है। उन्होंने मांग की है कि उनके गांव की आशा वर्कर गुरदयाल कौर की बदली की जाए। सानू साडा सर्टिफिकेट दिता जाए, सानू साडी आशा वर्कर बदली जाए। डुप्लीकेट प्रूफा ते लगी हुई है, आधे प्रूफ ते लगी नहीं, आधी भैन दे प्रूफ ते लगी हुई है। अच्छा, इहदा नाम परमजीत कौर है, गुरदयाल कौर दी भैन दा नाम है। अच्छा, ओके। ਸਾਨੂੰ ਜੀ ਟੀਵੀ ਹੋਈ ਸੀ। ਹਾਂ, ਕੀ ਟੀਵੀ ਦੇ ਵਿੱਚ ਜੀ ਸਾਨੂੰ ਜਿਹੜੀ ਮਿਲਣੀ ਸੀ ਸਹੂਲਤ ਮਿਲਣੀ ਸੀ ਗੌਰਮੈਂਟ ਵੱਲੋਂ, ਉਹ ਜੀ ਇਹਨੇ ਸਾਡੇ ਕਾਰਡ ਪਾੜ ਦਿੱਤੇ। ਕਿੰਨੇ ਪਾੜ ਤੇ ਕੌਣ ਹੈ ਇਹ? ਦੂਜੀ ਪਰਮਜੀਤ। ਅੱਛਾ ਅੱਛਾ, ਆਸ਼ਾ ਵਰਕ ਇਹ ਜੀ ਚਾਹੀਦੀ ਸਾਨੂੰ, ਬਦਲਣੀ ਚਾਹੀਦੀ ਹੈ। ਨਹੀਂ, ਕੀ ਲੈਣ ਗਏ ਤੁਸੀਂ ਕਾਰਡਾਂ ਦੇ ਇਹਨਾਂ ਕੋਲੋਂ, ਕੀ ਮੰਗ ਕਰਨ? ਅਸੀਂ ਮੰਗ ਕਰਨ ਗਏ ਵੀ ਜਿਹੜੀ ਸਾਨੂੰ ਮਤਲਬ ਟੀਵੀ ਹੋਈ ਸੀ, ਦਵਾਈ ਸਾਨੂੰ ਇਹਨੇ ਖਵਾ ਚੁੱਕੀ ਸੀ, ਦਵਾਈ ਸਾਡੀ ਮਤਲਬ ਖਤਮ ਹੋ ਗਈ ਟੀਵੀ। ਟੀਵੀ ਤੋਂ ਬਾਅਦ ਸਾਨੂੰ ਮਿਲਦੇ ਸੀ ਪੈਸੇ 500 ਰੁਪਈਆ। ਅੱਛਾ ਅੱਛਾ, ਇਹ ਇਹਨੂੰ ਅਸੀਂ ਫਾਰਮ ਭਰ ਕੇ ਕਿਸ ਤਰ੍ਹਾਂ ਮਿਲਦੇ ਹੁੰਦੇ ਸੀਗੇ? ਇਹ ਟੀਵੀ ਦੇ ਰਾਹੋਂ ਜੀ ਮਿਲਦੀ। ਨਹੀਂ ਨਹੀਂ, ਉਹ ਕੀ ਦੇਣਾ ਪੈਂਦਾ ਸੀ ਪ੍ਰੂਫ? ਕੀ ਦੇਣਾ ਪੈਂਦਾ? ਪ੍ਰੂਫ ਸੇ ਆਧਾਰ ਕਾਰਡ, ਬੈਂਕ ਦੀ ਕਾਪੀ। ਅੱਛਾ, ਉਹ ਕਿੰਨੇ ਪਾੜ ਤੇ ਤੁਹਾਡੇ ਬੈਂਕ? ਨਹੀਂ ਨਹੀਂ, ਕਾਰਡ ਕਿੰਨੇ ਪਾੜ ਤੇ ਟੀਵੀ ਵਾਲੇ? ਇਹ ਟੀਵੀ ਵਾਲੇ ਮਤਲਬ ਜੀ ਇਹ ਜਿਹੜੇ ਫਾਰਮ ਅਸੀਂ ਭਰ ਕੇ ਇਹਨੇ ਪਰਮਜੀਤ ਨੇ ਪਾੜ ਦਿੱਤੇ, ਹੁਣ ਇਹਨੇ ਦਿਆਲ ਕੌਰ ਲਿਖਾਇਆ ਹੋਇਆ ਇਹਦੀ ਪਰਮਜੀਤ ਹੈ। ਓਕੇ, ਮਤਲਬ ਤੁਹਾਡੇ ਨਾਲ 420 ਹੋ ਰਹੀ ਪੈਣੀ? ਹਾਂ, 420 ਹੋ ਰਹੀ। ਓਕੇ, ਤੁਹਾਡਾ ਹਰਨਾਮ ਸਿੰਘ ਜੀ? ਹਾਂਜੀ ਹਾਂਜੀ। ਹਾਂਜੀ ਹਾਂਜੀ, ਹਰਨਾਮ ਸਿੰਘ ਜੀ, ਪਿੰਡ ਲੰਗਿਆਣਾ ਜੀ। ਹਾਂ ਹਾਂ, ਪਿੰਡ ਲੰਗਿਆਣਾ ਦੀ ਆਸ਼ਾ ਵਰਕ ਜੀ। ਹਾਂ ਹਾਂ, ਦਿਆਲ ਕੌਰ ਨਾਂ ਹੁੰਦਾ ਜੀ। ਹਾਂ ਹਾਂ, ਤੇ ਉਹਨੇ ਮੈਨੂੰ ਟੀਕੇ ਗਲਤ ਲਗਾਏ ਨੇ ਸਾਰੇ। ਹਾਂ, ਇੱਧਰ ਉਹਨਾਂ ਪ੍ਰੋਪਰੀ ਪੂਰੀ ਕਰਤੀ ਫਾਰਮ ਦੂਜੇ ਤੇ ਕਾਰਡ ਤੇ। ਹਾਂ ਹਾਂ, ਤੇ ਟੀਕੇ ਮੈਨੂੰ ਘਰੇ ਬਹਿ ਕੇ ਲਵਾਉਂਦੀ ਰਹੀ, ਇੱਕ ਦਿਨ ਛੱਡ ਕੇ, ਦੋ ਦਿਨ ਛੱਡ ਕੇ। ਹਾਂ ਹਾਂ, ਕਾਰਡ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ। ਹਾਂ ਹਾਂ, ਕੋਈ ਸਾਡੀ ਪੁੱਛਦੀਤ ਨਹੀਂ ਕਰਦੀ, ਕੋਈ ਸਾਡੇ ਨਾਲ ਨਹੀਂ ਤੁਰਦੀ। ਹਾਂ ਹਾਂ, ਕੋਈ ਅਗਾਂ ਨਹੀਂ ਰਾਹ ਵਿਖਾਉਂਦੀ ਹਸਪਤਾਲ ਦਾ। ਹਾਂ ਹਾਂ, ਵੀ ਇੱਥੋਂ ਦਵਾਈ ਲਓ ਜਾਂ ਐਂ ਕਰੋ, ਕੁਛ ਨਹੀਂ ਦਿਖਾਉਂਦੀ ਸਾਨੂੰ। ਅੱਛਾ, ਹੋਰ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ? ਸਾਡੀ ਇਹੋ ਮੰਗ ਹੀ ਵੀ ਸਾਡਾ ਇਲਾਜ ਹੋਣਾ ਚਾਹੀਦਾ। ਹਾਂ, ਵੀ ਇਲਾਜ ਨਹੀਂ ਸਹੀ ਹੋਇਆ, ਆਸ਼ਾ ਵਰਕ ਬਦਲੀ ਜਾਏ, ਆਸ਼ਾ ਵਰਕ ਬਦਲੀਣੀ ਚਾਹੀਦੀ ਹੈ, ਜਿਹੜਾ ਸਹੀ ਢੰਗ ਨਾਲ ਸਾਡਾ ਇਲਾਜ ਕਰੇ।